ਇਸ ਬਟੇ ਆਪਾਂ ਅੱਜ ਕਰਦੇ ਹਾਂ ਲੇਖ ਤੁਕਾਂ ਤੇ ਆਧਾਰਿਤ ਨਾਨਕ ਦੁਖੀਆ ਸਭ ਸੰਸਾਰ ਪੀਟੀ 3 ਵਿੱਚ ਆਪਾਂ ਆਲਰੇਡੀ ਤਿੰਨ ਲੇਖ ਤੁਕਾਂ ਤੇ ਆਧਾਰਿਤ ਕੀਤੇ ਹਨ ਕਿਹੜੇ ਕਿਹੜੇ ਲੇਖ ਕੀਤੇ ਨੇ ਮਨ ਜਿਤੇ ਜਗਜੀਤ ਹੈ ਮਿੱਠਰ ਨੀਵੀ ਨਾਨਕਾ ਗੁੰਚ ਗਈਆਂ ਤਤ ਇੱਕ ਚੁੱਪ ਸੌ ਸੁਖ ਔਰ ਤਿੰਨ ਲੇਖ ਆਪਾਂ ਸਮੱਸਿਆਵਾਂ ਨਾਲ ਰਿਲੇਟਡ ਹੁਣੇ ਰੀਸੈਂਟਲੀ ਕੀਤੇ ਹਨ ਭ੍ਰਿਸ਼ਟਾਚਾਰ ਮਹਿੰਗਾਈ ਤੇ ਪ੍ਰਦੂਸ਼ਣ ਕਿ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਕਿਵੇਂ ਫੈਲਿਆ ਹੋਇਆ ਤੇ ਉਹਦਾ ਕੀ ਪ੍ਰਭਾਵ ਪੈ ਰਿਹਾ ਤੇ ਜਿਹੜੀਆਂ ਇਹ ਸਾਰੀਆਂ ਸਮੱਸਿਆਵਾਂ ਨੇ ਸਾਡੀ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਸਿੱਧ ਹੋ ਰਹੀਆਂ ਨੇ ਔਰ ਇਹਨਾਂ ਦੇ ਜਿਹੜੇ ਪ੍ਰਭਾਵ ਪੈਂਦੇ ਨੇ ਉਹਨਾਂ ਕਰਕੇ ਨੌਜਵਾਨਾਂ ਦਾ ਦੇਸ਼ ਦੇ ਲੋਕਾਂ ਦਾ ਭਵਿੱਖ ਕੁਰਾਏ ਰਸਤੇ ਵਿੱਚ ਭਟਕ ਰਿਹਾ ਠੀਕ ਹੈ ਇਹ ਲੇਖ ਕੀਤੇ ਔਰ ਫਿਰ ਪੱਤਰ ਆਪਾਂ ਕੱਲ ਦੀ ਕਲਾਸ 'ਚ ਕੀਤੇ ਸੀ ਪੱਤਰ ਕੀਤਾ ਸੀ ਸਿਹਤ ਵਿਭਾਗ ਨੂੰ ਆਪਾਂ ਉਹਨਾਂ ਨੂੰ ਰਿਵਿਊ ਕਰ ਲਈਏ ਲੇਖ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਸਿਹਤ ਜਾਂਚ ਕੈਂਪ ਲਗਾਉਣ ਲਈ ਤੇ ਪਲੱਸ ਡੇਂਗੂ ਬੁਖਾਰ ਮਲੇਰੀਆ ਬੁਖਾਰ ਤੋਂ ਨਿਜਾਤ ਪਾਉਣ ਲਈ ਉਹਨੂੰ ਦੂਰ ਕਰਨ ਦੇ ਲਈ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਸੋਚਣਾ ਚਾਹੀਦਾ ਹੈ ਕੋਈ ਸ਼ਲਾਘਾਯੋਗ ਉਪਰਾਲੇ ਕਰਨੇ ਚਾਹੀਦੇ ਨੇ ਠੋਸ ਕਦਮ ਚੁੱਕਣੇ ਚਾਹੀਦੇ ਤਾਂ ਜੋ ਅਜਿਹੀਆਂ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕੇ ਆਪਾਂ ਆਲਰੇਡੀ ਫਾਰਮੈਟ ਡਿਸਕਸ ਕੀਤਾ ਹੋਇਆ ਸਭ ਬੱਚਿਆਂ ਨੇ ਨੋਟਬੁੱਕ ਤੇ ਲਿਖ ਲਿਆ ਉਹਦਾ ਕੰਟੈਂਟ ਕੀ ਹੋਏਗਾ ਦੋਨਾਂ ਦਾ ਸੇਮ ਕਿ ਅਸੀਂ ਡੈਸ਼ ਡੈਸ਼ ਇਲਾਕੇ ਦੇ ਵਾਸੀ ਹਾਂ ਸਾਡੇ ਇਲਾਕੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਲਾਕੇ ਦੇ ਵਿੱਚ ਡੇਂਗੂ ਬੁਖਾਰ ਦੇ ਮਲੇਰੀਆ ਬੁਖਾਰ ਦੇ ਬਹੁਤ ਕੇਸ ਹੋ ਚੁੱਕੇ ਨੇ ਔਰ ਸਾਡੇ ਇਲਾਕੇ ਵਿੱਚ ਡਾਕਟਰੀ ਸਹਾਇਤਾ ਹੈ ਹੀ ਨਹੀਂ ਤੇ ਜਿਹੜਾ ਵੱਡਾ ਹਸਪਤਾਲ ਹੈ ਉਹ ਦੋਨਾਂ 'ਚ ਹੀ ਕਵਰ ਹੋ ਜਾਣਾ 5-6 ਮੀਲ ਦਾ ਪੈਂਡਾ ਤੈਅ ਕਰਕੇ ਹੈ ਤੇ ਇਲਾਕੇ ਦੇ ਲੋਕਾਂ ਨੂੰ ਤਾਂ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਉੱਥੋਂ ਤੱਕ ਲਿਜਾਂਦੇ ਲਿਜਾਂਦੇ ਹੀ ਕੁਝ ਅਜਿਹੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਲੋਕਾਂ ਨੂੰ ਅਨਿਆਈ ਮੌਤ ਮਾਰੇ ਜਾਣਾ ਪੈਂਦਾ ਅਨਿਆਈ ਮੌਤ ਮਾਰੇ ਜਾ ਰਹੇ ਨੇ ਲੋਕ ਬੇਵਕਤ ਮੌਤ ਔਰ ਡੇਂਗੂ ਬੁਖਾਰ ਮਲੇਰੀਆ ਬੁਖਾਰ ਦੇ ਕਾਰਨ ਦੱਸਣੇ ਹਨ ਫਿਰ ਤੁਹਾਨੂੰ ਕੱਲ ਦੀ ਕਲਾਸ 'ਚ ਦੱਸਿਆ ਸੀ ਕਿ ਦੋ ਚੀਜ਼ਾਂ ਨੂੰ ਫੋਕਸ ਕਰਕੇ ਕੰਟੈਂਟ ਲਿਖਣਾ ਇੱਕ ਸਿਚੁਏਸ਼ਨ ਕੀ ਬਣੀ ਸਥਿਤੀ ਕੀ ਬਣੀ ਤੇ ਉਹਦਾ ਸੋਲਿਊਸ਼ਨ ਕੀ ਹੈ ਸੁਜੈਸ਼ਨ ਕੀ ਹੈ ਹੱਲ ਕੀ ਹੈ ਸਥਿਤੀ ਇਹ ਬਣੀ ਕਿ ਬਰਸਾਤਾਂ ਹੋਣ ਕਰਕੇ ਹਰੇਕ ਸਾਲ ਹੀ ਗੰਦਾ ਪਾਣੀ ਖੜਾ ਰਹਿੰਦਾ ਜਿਸ ਕਰਕੇ ਉਹ ਬਦਬੂ ਮਾਰਦਾ ਉਹਦੇ 'ਚ ਮੱਛਰ ਪਿਣਪਣਾਉਂਦਾ ਔਰ ਅਜਿਹਾ ਮੱਛਰ ਵੀ ਹੈ ਜਿਹੜਾ ਕਿ ਮੱਛਰ ਅਜਿਹਾ ਡੰਗ ਮਾਰਦਾ ਜਿਹਦੇ ਨਾਲ ਕਿ ਡੇਂਗੂ ਬੁਖਾਰ ਹੁੰਦਾ ਜੋ ਕਿ ਸਿੱਧਾ ਹੀ ਮੌਤ ਦੇ ਮੂੰਹ ਵੱਲ ਧਕੇਲਦਾ ਮਲੇਰੀਆ ਤੇ ਹੈਜ਼ਾ ਤਾਂ ਆਮ ਹੋਇਆ ਰਹਿੰਦਾ ਲੋਕਾਂ ਨੂੰ ਬੱਚਿਆਂ ਦਾ ਜੀਵਨ ਵੀ ਸੁਰੱਖਿਅਤ ਨਹੀਂ ਹੈ ਸਫਾਈ ਦਾ ਕੋਈ ਪ੍ਰਬੰਧ ਹੀ ਨਹੀਂ ਹੈ ਸਫਾਈ ਕਰਮਚਾਰੀ ਆਉਂਦੇ ਹੀ ਨਹੀਂ ਹੈ ਮਿਊਂਸੀਪਲ ਕਾਰਪੋਰੇਸ਼ਨ ਵੀ ਇਸ ਪਾਸੇ ਵੱਲ ਨਗਰ ਪਾਲਿਕਾ ਦਾ ਵੀ ਕੋਈ ਉਚੇਚਾ ਧਿਆਨ ਨਹੀਂ ਹੈ ਇਸ ਪਾਸੇ ਵੱਲ ਨਗਰ ਪਾਲਿਕਾ ਦਾ ਕੋਈ ਉਚੇਚ ਧਿਆਨ ਨਹੀਂ ਦਿੱਤਾ ਜਾ ਰਿਹਾ ਇਹਦੇ ਵੱਲ ਤੇ ਉੱਪਰੋਂ ਸਾਡੇ ਇਲਾਕੇ ਵਿੱਚ ਇੱਕ ਛੋਟੀ ਜਿਹੀ ਬਸ ਡਿਸਪੈਂਸਰੀ ਹੈ ਜਿਹਦੇ ਵਿੱਚ ਪ੍ਰੋਪਰ ਮੁਕੰਮਲ ਮੈਡੀਕਲ ਸਹੂਲਤਾਂ ਨਹੀਂ ਹਨ ਨਾ ਤਾਂ ਕੋਈ ਐਕਸਰੇ ਦੀਆਂ ਮਸ਼ੀਨਾਂ ਨੇ ਨਾ ਕੋਈ ਸਕੈਨਿੰਗ ਦੇ ਯੰਤਰ ਨੇ ਮੈਡੀਕਲ ਸਾਇੰਸ ਨੇ ਤਰੱਕੀ ਤਾਂ ਕਰ ਲਈ ਪਰ ਜਿਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਜ਼ਰੂਰਤ ਹੈ ਉੱਥੇ ਮੈਡੀਕਲ ਸਹੂਲਤਾਂ ਮਿਲੀਆਂ ਹੀ ਨਹੀਂ ਔਰ ਇਹਦੇ ਲਈ ਅਸੀਂ ਬਹੁਤ ਵਾਰੀ ਅਰਜ਼ੀ ਪੱਤਰ ਲਿਖੇ ਇਲਾਕੇ ਦੇ ਪ੍ਰਧਾਨ ਨੂੰ ਵੀ ਠੀਕ ਹੈ ਆਪਣੇ ਇਲਾਕੇ ਦੇ ਸਿਹਤ ਵਿਭਾਗ ਨੂੰ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਮਜਬੂਰ ਹੋ ਕੇ ਸਾਨੂੰ ਤੁਹਾਨੂੰ ਅਰਜ਼ੀ ਪੱਤਰ ਲਿਖਣਾ ਪੈ ਰਿਹਾ ਕਿ ਆਪ ਆ ਕੇ ਇਸ ਇਲਾਕੇ ਦਾ ਜਾਇਜ਼ਾ ਲਓ ਤਾਂ ਚੰਗਾ ਹੋਵੇਗਾ ਕਿ ਦੇਖੋ ਕਿ ਲੋਕ ਕਿਹੜੀ ਸਥਿਤੀ ਚੋਂ ਨਾਜ਼ੁਕ ਸਥਿਤੀ ਚੋਂ ਨਿਕਲ ਰਹੇ ਨੇ ਠੀਕ ਹੈ ਦੋਨੋਂ ਪੱਤਰਾਂ ਦੇ ਵਿੱਚ ਆ ਜਾਣਾ ਤੇ ਇੱਕ ਤਾਂ ਵੱਡਾ ਹਸਪਤਾਲ ਖੋਲਿਆ ਜਾਏ ਮਾਹਿਰ ਟੀਮਾਂ ਦਾ ਪ੍ਰਬੰਧ ਕੀਤਾ ਜਾਏ ਔਰ ਵੱਡਾ ਹਸਪਤਾਲ ਖੁੱਲੇਗਾ ਉੱਥੇ ਹਰ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਹੋਣਗੀਆਂ ਤਾਂ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਥੋੜ੍ਹੀ ਜਿਹੀ ਰਾਹਤ ਮਿਲੇਗੀ ਇੱਥੇ ਤਾਂ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੁੰਦਾ ਜਦੋਂ ਕਿਸੇ ਦੀ ਹਾਲਤ ਨਾਜ਼ੁਕ ਹੋ ਜਾਂਦੀ ਹੈ ਤਾਂ ਇੰਨਾ ਮੁਸ਼ਕਿਲ ਹੋ ਜਾਂਦਾ ਕਿ ਐਂਬੂਲੈਂਸ ਦਾ ਪ੍ਰਬੰਧ ਹੀ ਨਹੀਂ ਹੈ ਆਕਸੀਜਨ ਸਿਲੰਡਰ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤੇ ਜਾਨਾਂ ਭੰਗ ਦੇ ਪਹਾੜੇ ਵਿੱਚ ਜਾ ਰਹੀਆਂ ਨੇ ਜਿਹੜੀਆਂ ਜਾਨਾਂ ਇੰਨੀਆਂ ਕੀਮਤੀ ਨੇ
ਚੰਗਾ ਹੋਵੇ ਕਿ ਤੁਸੀਂ ਆਪੇ ਆਪ ਆ ਕੇ ਇੱਕ ਵਾਰੀ ਦੇਖੋ, ਜਾਇਜ਼ਾ ਲਓ ਸਥਿਤੀ ਦਾ, ਤੇ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ, ਉਹਨਾਂ ਨੂੰ ਬਿਮਾਰੀਆਂ ਤੋਂ ਰਾਹਤ ਦੇਣ ਦੇ ਲਈ ਹਸਪਤਾਲ ਵੀ ਖੋਲਿਆ ਜਾਏ, ਸਮੇਂ ਸਮੇਂ ਤੇ ਸਿਹਤ ਜਾਂਚ ਕੈਂਪ ਲਗਾਏ ਜਾਣ। ਸਿਹਤ ਜਾਂਚ ਕੈਂਪ ਲਗਾਉਣ ਨਾਲ ਬਿਮਾਰੀਆਂ ਦਾ ਪਤਾ ਲੱਗੇਗਾ, ਉਹਨਾਂ ਦੇ ਸਰੀਰ ਦੀ ਜਾਂਚ ਹੋਏਗੀ ਤਾਂ ਸਮੇਂ ਸਿਰ ਇਲਾਜ ਹੋ ਸਕੇਗਾ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਪਾਸੇ ਵੱਲ ਛੇਤੀ ਤੋਂ ਛੇਤੀ ਧਿਆਨ ਦਿਓਗੇ ਤੇ ਸਾਡੇ ਇਲਾਕੇ ਦੇ ਵਿੱਚ ਮਹੀਨੇ ਵਿੱਚ 2-3 ਵਾਰੀ ਤਾਂ ਸਿਹਤ ਜਾਂਚ ਕੈਂਪ ਜ਼ਰੂਰ ਲਗਾਇਆ ਜਾਏ, ਜਦੋਂ ਤੱਕ ਕਿ ਨਵਾਂ ਹਸਪਤਾਲ ਨਹੀਂ ਖੋਲਿਆ ਜਾਂਦਾ। ਉਦੋਂ ਤੱਕ ਜਿਹੜੀ ਡਿਸਪੈਂਸਰੀ ਹੈ ਉਹਦੇ ਵਿੱਚ ਸਾਰੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ। ਠੀਕ ਹੈ ਬੱਚੇ, ਕਲੀਅਰ ਹੈ ਬੱਚੇ? ਐਨੀ ਡਾਊਟ ਕਿਸੇ ਨੂੰ? ਦੋਨੋਂ ਪੱਤਰਾਂ ਬਾਰੇ ਇਸ ਤਰ੍ਹਾਂ ਦੇ 2-3 ਪੱਤਰ ਹੋ ਸਕਦੇ ਨੇ। ਇੱਕ ਡੇਂਗੂ ਬੁਖਾਰ ਹੈ, ਉਹਦੇ ਰੋਕਥਾਮ ਲਈ ਜਾਗਰੂਕਤਾ ਫੈਲਾਉਣ ਲਈ ਤੇ ਲੋਕਾਂ ਵਿੱਚ ਜਾਗਰੂਕਤਾ ਅਵੇਅਰਨੈਸ ਫੈਲਾਉਣ ਦੇ ਲਈ, ਠੀਕ ਹੈ ਬੱਚੇ, ਉਹਦੇ ਲਈ ਸਿਹਤ ਜਾਂਚ ਕੈਂਪ ਲਗਾਏ ਜਾਣ। ਪਲੱਸ ਡਾਇਰੈਕਟਰ ਸਿਹਤ ਵਿਭਾਗ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਕਿੱਥੇ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ ਉੱਥੇ ਮੈਡੀਕਲ ਸਹੂਲਤਾਂ ਪ੍ਰੋਪਰ ਦਿੱਤੀਆਂ ਜਾਣ। ਕੁਛ ਇੱਕ ਜਿਹੜੇ ਗਰੀਬ ਲੋਕਾਂ ਦੀ ਬਸਤੀ ਹੈ ਸਾਡੇ ਨੇੜੇ, ਇਹ ਵੀ ਕਹਿ ਸਕਦੇ ਹੋ ਕਿ ਗਰੀਬ ਲੋਕਾਂ ਦੀ ਬਸਤੀ ਹੈ, ਉਹਨਾਂ ਵਿਚਾਰਿਆਂ ਨੂੰ ਤਾਂ ਨਾ ਤਾਂ ਉਹ ਵੱਡੇ ਵੱਡੇ ਹਸਪਤਾਲਾਂ ਦਾ ਖਰਚਾ ਚੁੱਕ ਸਕਦੇ ਨੇ। ਠੀਕ ਹੈ, ਕਲੀਅਰ ਹੈ? ਜੇ ਵੱਡੇ ਹਸਪਤਾਲ ਵਿੱਚ ਜਾਣ ਤਾਂ ਉਹਨਾਂ ਤੇ ਖਰਚੇ ਹੀ ਇੰਨੇ ਪੈ ਜਾਂਦੇ ਨੇ, ਇੰਨੇ ਟੈਸਟਾਂ ਤੇ ਖਰਚੇ ਹੋ ਜਾਂਦੇ ਨੇ, ਉਹਨਾਂ ਨੂੰ ਤਾਂ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ, ਆਰਥਿਕ ਮੰਦਹਾਲੀ ਨੂੰ ਦੇਖਦੇ, ਉਹਨਾਂ ਨੂੰ ਮੁਫਤ ਵਿੱਚ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾਏ, ਮੁਫਤ ਵਿੱਚ ਉਹਨਾਂ ਨੂੰ ਦਵਾਈਆਂ ਪ੍ਰਦਾਨ ਕੀਤੀਆਂ ਜਾਣ, ਉਹਨਾਂ ਦੇ ਜਿਹੜੇ ਟੈਸਟ ਹੋਣੇ ਹਨ, ਸਕੈਨਿੰਗ ਹੋਣੀ ਹੈ, ਉਹਦੇ ਵਿੱਚ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਉਹਨਾਂ ਨਾਲ ਉਹਨਾਂ ਨੂੰ ਮਾਇਕ ਸਹਾਇਤਾ ਵੀ ਦਿੱਤੀ ਜਾਏ। ਠੀਕ ਹੈ, ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਸਾਡੇ ਇਲਾਕੇ ਦਾ ਜਾਇਜ਼ਾ ਲਓ ਔਰ ਸਿਹਤ ਜਾਂਚ ਕੈਂਪ ਲਗਾਏ ਜਾਣ, ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਏ ਕਿ ਉਹ ਆਪਣੇ ਆਪ ਵੀ ਸਫਾਈ ਦਾ ਪ੍ਰਬੰਧ ਕਰਨ, ਕਿਉਂਕਿ ਇਹਦੇ ਲਈ, ਡੇਂਗੂ ਬੁਖਾਰ ਦੇ ਲਈ, ਮਲੇਰੀਆ ਦੇ ਲਈ ਲੋਕ ਵੀ ਜ਼ਿੰਮੇਵਾਰ ਨੇ ਜਿਹੜੇ ਕਿ ਘਰਾਂ ਵਿੱਚ ਸਫਾਈ ਨਹੀਂ ਰੱਖਦੇ। ਕੂਲਰਾਂ ਵਿੱਚ ਪਾਣੀ, ਜਦੋਂ ਬਰਸਾਤਾਂ ਦੇ ਦਿਨ ਹੈ, ਉਮਸ ਵਾਲਾ ਮੌਸਮ ਹੈ, ਗਰਮੀਆਂ ਦੇ ਦਿਨ ਹੁੰਦੇ ਨੇ, ਲੋਕ ਕੂਲਰਾਂ ਵਿੱਚ ਪਾਣੀ ਭਰਦੇ ਨੇ ਤੇ ਕੂਲਰਾਂ ਦੀ ਪਾਣੀ ਜਿਹੜਾ ਭਰਿਆ ਹੁੰਦਾ ਉਹਨਾਂ ਦਾ ਬਦਲਿਆ ਨਹੀਂ ਜਾਂਦਾ, ਫਿਰ ਕਿਆਰੀਆਂ ਦੇ ਬਾਹਰ ਪਾਣੀ ਖੜਾ ਕੀਤਾ ਹੋਇਆ ਹੁੰਦਾ। ਠੀਕ ਹੈ, ਕਈ ਲੋਕ ਜਿਹੜੇ ਗਰੀਬਾਂ ਦੀ ਬਸਤੀ ਆ ਉੱਥੇ ਪਾਣੀ ਦੀ ਘਾਟ ਹੋਣ ਕਰਕੇ ਜਦੋਂ ਟੂਟੀਆਂ 'ਚ ਪਾਣੀ ਨਹੀਂ ਆਉਂਦਾ ਉੱਥੇ ਲੋਕ ਪਾਣੀ ਸਟੋਰ ਕਰ ਲੈਂਦੇ ਨੇ, ਉਹ ਪਾਣੀ ਅਜਿਹਾ ਸਟੋਰ ਕਰਦੇ ਨੇ 2-2, 3-3 ਦਿਨ, ਕਈ ਵਾਰੀ ਪਾਣੀ ਦੇ ਡਰੰਮ ਹੀ ਭਰੀ ਰੱਖਦੇ ਨੇ, ਬਾਲਟੀਆਂ ਭਰੀ ਰੱਖਦੇ ਨੇ, ਉੱਥੇ ਲੇਅਰਸ ਆ ਜਾਂਦੀਆਂ ਨੇ ਤੇ ਉਹ ਪਾਣੀ ਨਾ ਤਾਂ ਪੀਣ ਯੋਗ ਰਹਿੰਦਾ ਤੇ ਜਦੋਂ ਉਹ ਪਾਣੀ ਪਿਆ ਰਹੇਗਾ ਉੱਥੇ ਜਿਹੜਾ ਮੱਛਰ ਫੈਲਦਾ ਤੇ ਇਹ ਜਿਹੜਾ ਡੇਂਗੂ ਮੱਛਰ ਹੈ ਨਾ, ਇਹ ਤਾਂ ਹੈ ਵੀ ਨੀਜ਼ ਤੋਂ ਨੀਚੇ ਰਹਿੰਦਾ, ਉੱਥੇ ਫੈਲਦਾ, ਤੇ ਇਹਦੇ ਤੋਂ ਬਚਣ ਦੇ ਲਈ ਸਾਨੂੰ ਆਪਣੇ ਆਪ ਦਾ ਧਿਆਨ ਕਿਵੇਂ ਰੱਖਣਾ ਹੈ, ਜੁਰਾਬਾਂ ਪਹਿਨ ਕੇ ਰੱਖਣੀਆਂ ਨੇ, ਆਪਣੇ ਆਪ ਨੂੰ ਕਵਰ ਕਿਵੇਂ ਕਰਕੇ ਰੱਖਣਾ ਹੈ, ਆਲੇ ਦੁਆਲੇ ਦੀ ਸਫਾਈ ਰੱਖਣੀ ਹੈ, ਪਾਣੀ ਨੂੰ ਕਿਤੇ ਵੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਠੀਕ ਹੈ, ਗੰਦਾ ਪਾਣੀ ਦਾ ਨਿਕਾਸ ਪ੍ਰੋਪਰ ਹੋਣਾ ਚਾਹੀਦਾ। ਸਮਝ ਆ ਗਈ? ਕਲੀਅਰ ਹੈ? ਇਹ ਸਭ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਕੰਟੈਂਟ ਲਿਖਣਾ ਹੈ ਦੋਨੋਂ ਪੱਤਰ ਦੇ ਵਿੱਚ, ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਜਿਹੜੇ ਦੋਨੋਂ ਪੱਤਰ ਲਿਖਣੇ ਹਨ, ਉਹ ਕਿਸੇ ਵੀ ਵਿਸ਼ੇ ਤੇ ਆ ਸਕਦਾ ਪੱਤਰ। ਠੀਕ ਹੈ, ਜਿਹੜੀ ਕੋਰੋਨਾ ਮਹਾਂਮਾਰੀ ਫੈਲੀ ਹੈ ਇਹ ਤੋਂ ਬਚਣ ਦੇ ਲਈ ਸਿਹਤ ਜਾਂਚ ਕੈਂਪ ਤਾਂ ਲੱਗਣੇ ਚਾਹੀਦੇ ਨੇ, ਇੰਨੀ ਦਹਿਸ਼ਤ ਫੈਲੀ ਹੋਈ ਹੈ, ਡੇਂਗੂ ਬੁਖਾਰ ਦੀ ਵੀ ਦਹਿਸ਼ਤ ਹੈ, ਕਈ ਵਾਰੀ ਤਾਂ ਮਰੀਜ਼ ਆ ਜਿਹੜੇ ਦਹਿਸ਼ਤ ਨਾਲ ਹੀ ਬਿਮਾਰ ਹੋ ਕੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਨੇ, ਪਰ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਤਕਲੀਫ, ਲੋਕਾਂ ਦੀ ਸਿਹਤ ਯਾਬੀ ਲਈ ਕੋਈ ਉਚੇਚ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਪਾਸੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਲੋਕਾਂ ਵਿੱਚ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ। ਕਿਰਪਾ ਕਰਕੇ, ਫਿਰ ਐਂਡ ਵਾਲੀ ਲਾਈਨ ਲਿਖਣੀ ਹੈ, ਕਿਰਪਾ ਕਰਕੇ ਸਾਡੇ ਇਲਾਕੇ ਵਿੱਚ ਸਿਹਤ ਜਾਂਚ ਕੈਂਪ ਸਮੇਂ ਸਮੇਂ 'ਤੇ ਲੱਗਣ, ਡਿਸਪੈਂਸਰੀ ਦੀ ਹਾਲਤ ਨੂੰ ਸੁਧਾਰਿਆ ਜਾਏ, ਹਰ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ, ਤੇ ਕੋਸ਼ਿਸ਼ ਕੀਤੀ ਜਾਏ ਕਿ ਛੇਤੀ ਤੋਂ ਛੇਤੀ ਇੱਥੇ ਇੱਕ ਵੱਡਾ ਹਸਪਤਾਲ ਖੋਲਿਆ ਜਾਏ ਜਿਹਦੇ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਨਿਯੁਕਤ ਕੀਤੀ ਜਾਏ, ਤੇ ਜਦ ਤੱਕ ਇਹ ਨਹੀਂ ਪ੍ਰਬੰਧ ਹੁੰਦਾ ਤਦ ਤੱਕ ਤੁਸੀਂ ਮਾਹਿਰ ਡਾਕਟਰਾਂ ਦੀ ਟੀਮ ਭੇਜ ਕੇ ਲੋਕਾਂ ਦੀ ਸਿਹਤ ਦਾ ਮੁਆਇਨਾ ਕੀਤਾ ਜਾਏ, ਜਾਂਚ ਕੀਤੀ ਜਾਏ, ਤਾਂ ਜੋ ਉਹ ਸਮੇਂ ਸਿਰ ਆਪਣੀਆਂ ਬਿਮਾਰੀਆਂ ਦਾ ਇਲਾਜ ਕਰ ਸਕਣ, ਉਹਨਾਂ ਦੇ ਲਈ ਮੁਫਤ ਦਵਾਈਆਂ ਦਾ ਪ੍ਰਬੰਧ ਕੀਤਾ ਜਾਏ।
ਧੰਨਵਾਦ। ਲਾਸਟ ਤੇ ਰਾਈਟ ਸਾਈਡ ਤੇ ਜੋ ਫਾਰਮੈਟ ਤੁਸੀਂ ਲਿਖਦੇ ਹੋ, ਆਪ ਜੀ ਦਾ ਵਿਸ਼ਵਾਸ ਪੱਤਰ, ਆਪ ਜੀ ਦਾ ਸ਼ੁਭ ਚਿੰਤਕ, ਡਾਟ ਪਾ ਕੇ ਨਾਮ, ਡਾਟ ਪਾ ਕੇ ਪੱਤਰ। ਡਨ ਬੇਟੇ ਪੱਤਰ। ਹੁਣ ਆਪਾਂ ਗੱਲ ਕਰੀਏ ਨਾਨਕ ਦੁਖੀਆ ਸਭ ਸੰਸਾਰ। ਦੇਖੋ ਇਹ ਤੁੱਕ ਵੀ ਕੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਤੁੱਕ ਹੈ। ਉਹਨਾਂ ਨੇ ਇੱਕ ਸੱਚਾਈ ਬਿਆਨ ਕੀਤੀ ਹੈ ਕਿ ਸੰਸਾਰ, ਸਭ ਸੰਸਾਰ, ਇਸ ਸੰਸਾਰ ਵਿੱਚ ਸਾਰੇ ਹੀ ਦੁਖੀ ਨੇ, ਕੋਈ ਵੀ ਸੁਖੀ ਨਹੀਂ ਹੈ। ਹੁਣ ਜੇ ਆਪਾਂ ਕੁਸ਼ਚਨ ਅਰਾਈਜ਼ ਹੁੰਦਾ, ਕੀ ਹੁੰਦਾ ਕਿ ਦੁੱਖ ਕੀ ਹਨ, ਹੈ ਨਾ, ਦੁੱਖ ਕਿੱਥੋਂ ਪੈਦਾ ਹੁੰਦੇ ਨੇ, ਦੁੱਖਾਂ ਦਾ ਮੂਲ ਕਾਰਨ ਕੀ ਹੈ, ਠੀਕ ਹੈ, ਮੂਲ ਕਾਰਨ ਕੀ ਹੈ, ਫਿਰ ਸਾਰਾ ਸੰਸਾਰ ਕਿਉਂ ਦੁਖੀ ਹੈ। ਇਹਦਾ ਮਤਲਬ ਅਮੀਰ ਲੋਕ ਵੀ ਦੁਖੀ ਨੇ ਜਿਹਨਾਂ ਨੂੰ ਹਰ ਤਰ੍ਹਾਂ ਦੀਆਂ ਫੈਸਿਲਿਟੀਜ਼ ਨੇ, ਨੌਕਰ ਚਾਕਰ ਨੇ, ਨੇਤਾ ਲੋਕ ਨੇ ਸਾਡੇ ਜਿਹਨਾਂ ਕੋਲ ਪੈਸਾ ਹੈ, ਲਗਜ਼ਰੀਜ਼ ਨੇ, ਸਾਰੇ ਹੀ ਦੁਖੀ ਨੇ। ਇਹ ਕਿਉਂ? ਇਹ ਗੁਰਬਾਣੀ ਦੀ ਤੋਂ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਦੇਖ ਕੇ, ਸਾਰਿਆਂ ਦੀ ਹਾਲਤ ਦੇਖ ਕੇ ਜੋ ਕਿ ਆਪ ਪਰਮਾਤਮਾ ਦਾ ਰੂਪ ਹੋਏ ਨੇ, ਉਹਨਾਂ ਨੇ ਉਚਾਰੀ ਹੈ ਕਿ ਭਾਵੇਂ ਜਿੰਨੇ ਮਰਜ਼ੀ ਅਮੀਰ ਹੋਣ, ਰਾਜੇ, ਹੈ ਨਾ, ਰਾਠ, ਗੱਦੀਆਂ ਦੇ ਮਾਲਕ, ਤਖਤੀਆਂ ਦੇ ਮਾਲਕ, ਸਭ ਦੁਖੀ ਨੇ। ਜਿੰਨਾ ਵੱਡਾ ਸਿਰ ਓਨੀਆਂ ਵੱਡੀਆਂ ਪੀੜਾਂ। ਫਰੀਦ ਜੀ ਦਾ ਸਲੋਕ ਐਵੇਂ ਨਹੀਂ ਉਚਾਰਿਆ ਹੋਇਆ, ਫਰੀਦਾਂ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਭਾਇਆ ਜੱਗ, ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ, ਉੱਚੇ ਚੜ੍ਹ ਕੇ ਦੇਖਿਆ। ਕਹਿੰਦਾ ਮੈਂ ਤਾਂ ਸਮਝਦਾ ਸੀ ਦੁੱਖ ਮੈਨੂੰ ਹੀ ਆ, ਪਰ ਜਦੋਂ ਮੈਂ ਉੱਪਰ ਚੜ੍ਹ ਕੇ ਦੇਖਿਆ ਇਹ ਤਾਂ ਘਰ ਘਰ ਵਿੱਚ ਦੁਖੀ, ਹਰ ਕੋਈ ਸੰਸਾਰ ਦਾ ਹਰ ਇੱਕ ਇਨਸਾਨ ਦੁਖੀ ਹੈ। ਹੁਣ ਜਦੋਂ ਆਪਾਂ ਇਹ ਤੁੱਕ ਉਚਾਰਨੀ ਹੈ, ਇਹ ਤਾਂ ਸੀਗੇ ਦੁੱਖ ਕੀ ਹਨ, ਹੈ ਨਾ, ਇੱਥੋਂ ਪਹਿਲਾਂ ਆਪਾਂ ਭੂਮਿਕਾ ਲਿਖਣੀ ਹੈ। ਭੂਮਿਕਾ ਆਲਰੇਡੀ ਤੁਸੀਂ ਲਿਖੀ ਹੋਈ ਹੈ, ਤੁਹਾਨੂੰ ਲਿਖਾਈ ਹੋਈ ਹੈ, ਜੋ ਮੰਜਿਤੇ ਜਗਜੀਤ ਦੀ ਹੈ, ਜੋ ਮਿੱਠਤ ਨੀਵੀ ਨਾਨਕਾ ਗੁੰਜ ਗਿਆ ਤੱਤ ਹੈ, ਜਿਹੜੀ ਵੀ ਮਰਜ਼ੀ ਗੁਰਬਾਣੀ ਦੀ ਤੁੱਕਾ ਦੇ, ਉਹਦਾ ਇੰਟਰੋਡਕਸ਼ਨ ਪਹਿਰਾ ਸੇਮ ਹੈ ਕਿ ਆਹ ਸ੍ਰਿਸ਼ਟੀ ਜੋ ਹੈ ਨਾ, ਇਹ ਜੋ ਸੰਸਾਰ ਹੈ ਪਰਮਾਤਮਾ ਦੀ ਕ੍ਰੀਏਸ਼ਨ ਹੈ, ਪਰਮਾਤਮਾ ਦਾ ਸਾਜਿਆ ਹੋਇਆ, ਪਰਮਾਤਮਾ ਦੀ ਰਚਨਾ। ਤੇ ਇਸ ਸ੍ਰਿਸ਼ਟੀ ਦੇ ਵਿੱਚ ਮਨੁੱਖ ਜੋ ਹੈ ਨਾ, ਇਨਸਾਨ, ਉਹ ਕਾਇਨਾਤ ਦਾ, ਇਸ ਦੁਨੀਆ ਦਾ ਸਭ ਤੋਂ ਵੱਡੀ ਅਨਮੋਲ ਦਾਤ ਹੈ। ਪਰ ਗੱਲ ਕੀ ਬਣੀ, ਅਜਿਹਾ ਦੁਨਿਆਵੀ ਮੋਹ ਮਾਇਆ ਵਿੱਚ, ਜੰਜਾਲ ਵਿੱਚ ਫਸ ਗਿਆ ਕਿ ਦੁੱਖਾਂ ਵਿੱਚ ਘਿਰ ਗਿਆ। ਹੁਣ ਦੁੱਖਾਂ ਦੀ ਜਦੋਂ ਗੱਲ ਕਰਨੀ ਹੈ, ਪਰ ਜਦੋਂ ਮਨ ਜਿੱਤੇ ਜਗਜੀਤ ਦੀ ਗੱਲ ਕਰਨੀ ਹੈ, ਇਹੀ ਤੁੱਕ ਹੈ ਕਿ ਉਹ ਮੋਹ ਮਾਇਆ 'ਚ ਅਜਿਹਾ ਫਸ ਗਿਆ ਕਿ ਉਹਦਾ ਮਨ ਤੇ ਕਾਬੂ ਹੀ ਨਹੀਂ ਰਿਹਾ। ਇਹੀ ਗੱਲ ਕਰਨੀ ਹੈ ਮਿੱਠਣ ਨੀਵੀਂ ਨਾਨਕਾ 'ਚ ਕਿ ਉਹ ਮਿਠਾਸ ਤੇ ਨਿਮਰਤਾ ਦਾ ਗੁਣ ਹੀ ਗੁਆ ਬੈਠਾ। ਸੇਮ ਲਾਈਨਸ ਆਣੀਆਂ ਨੇ, ਬਸ ਇੱਕ ਲਾਈਨ ਉਹ ਲਿਖਣੀ ਜਿਹੜੀ ਜਿਹੜਾ ਲੇਖ ਤੁਹਾਨੂੰ ਆਏ। ਪਰ ਗੱਲ ਕੀ ਹੈ, ਮੋਹ ਮਾਇਆ ਜੰਜਾਲ ਦੁਨਿਆਵੀ ਪਦਾਰਥਾਂ ਦੀ ਦੌੜ ਦੇ ਵਿੱਚ ਅਜਿਹਾ ਫਸ ਗਿਆ ਕਿ ਉਹਦਾ ਮਨ ਤੇ ਕਾਬੂ ਨਹੀਂ ਰਿਹਾ। ਉਹਦੀਆਂ ਉਹਨੇ ਲਾਲਸਾਵਾਂ ਇੰਨੀਆਂ ਵਧਾ ਲਈਆਂ, ਜਦੋਂ ਇਨਸਾਨ ਇੱਛਾਵਾਂ ਜਾਂ ਲਾਲਸਾਵਾਂ ਵਧਾ ਲੈਂਦਾ ਨਾ, ਉਹਦਾ ਮਨ ਤੇ ਕਾਬੂ ਨਹੀਂ ਰਹਿੰਦਾ, ਕਿਉਂਕਿ ਇਹ ਮਨ ਤਾਂ ਚੰਚਲ ਹੈ, ਇਹ ਤਾਂ ਮਨ ਭਟਕਦਾ, ਇਹ ਤਾਂ ਇੱਕ ਬਾਂਦਰ ਦੀ ਨਿਆਈ ਹੈ, ਟਿਕ ਕੇ ਬੈਠਦਾ ਹੀ ਨਹੀਂ। ਕਿਉਂਕਿ ਤੁਸੀਂ ਸਟੂਡੈਂਟ ਹੋ, ਤੁਹਾਡਾ ਮਨ ਜੋ ਕਹਿੰਦਾ ਉਹ ਹੀ ਕਰਦੇ ਹੋ। ਹੁਣ ਜਿਹੜੇ ਬੱਚੇ ਕਲਾਸਿਸ ਨਹੀਂ ਲਗਾ ਰਹੇ, ਉਹਨਾਂ ਦਾ ਮਨ ਕਹਿੰਦਾ ਨਹੀਂ ਅੱਜ ਕਲਾਸ ਨਹੀਂ ਲਗਾਉਣੀ, ਅੱਜ ਤੁਹਾਡੇ ਮੈਮ ਦੂਸਰੇ ਮੈਮ ਨੇ ਲਾਣੀ, ਅੱਜ ਕੀ ਕਲਾਸ ਲਗਾਉਣੀ ਹੈ, ਸਾਡੇ ਕਿਹੜਾ ਸਾਡੇ ਸਬਜੈਕਟ ਟੀਚਰ ਨੇ ਲਾਣੀ, ਹੈ ਨਾ। ਕੁਛ ਇੱਕ ਬੱਚਿਆਂ ਦਾ ਮਨ ਵੈਸੇ ਹੀ ਬੇਈਮਾਨ ਹੋਇਆ ਰਹਿੰਦਾ ਕਿ ਆਨਲਾਈਨ ਚੱਲ ਰਹੀ ਹੈ ਕਲਾਸਿਸ, ਸਾਡਾ ਮਨ ਹੈ ਅਸੀਂ ਲਾਈਏ ਨਾ ਲਾਈਏ। ਇਹ ਮਨ ਹੀ ਹੈ ਨਾ ਜੋ ਇਨਸਾਨ ਤੋਂ ਸਭ ਕੁਛ ਕਰਵਾਉਂਦਾ, ਮਨ ਹੈ ਜਿਹੜਾ ਗਿਆਨ ਇੰਦਰੀਆਂ ਨੂੰ ਹੁਕਮ ਦਿੰਦਾ, ਠੀਕ ਹੈ ਨਾ, ਕਿ ਕੀ ਕੰਮ ਕਰਨਾ। ਉਹ ਮਨ ਦੇ ਹੁਕਮ ਦਾ ਗੁਲਾਮ ਬਣ ਕੇ ਜਦੋਂ ਇਨਸਾਨ ਜ਼ਿੰਦਗੀ 'ਚ ਵਿਚਰਦਾ ਤਾਂ ਉਹਦਾ ਮਨ ਭਟਕਦਾ, ਤੇ ਜਦੋਂ ਮਨ ਭਟਕਦਾ ਉਹ ਦੁਖੀ ਹੁੰਦਾ। ਇਹ ਅੱਗੇ ਦੀ ਅੱਗੇ ਸਟੈਪ ਨੇ। ਤੇ ਦੁਖੀ ਹੋਇਆ ਮਨ ਹੰਕਾਰੀ ਹੋ ਜਾਂਦਾ, ਹੰਕਾਰੀ ਹੋਇਆ ਮਨ ਮਿਠਾਸ ਤੇ ਨਿਮਰਤਾ ਦਾ ਗੁਣ ਗਵਾ ਬੈਠਦਾ, ਤੇ ਦੁੱਖਾਂ ਵਿੱਚ ਘਿਰ ਜਾਂਦਾ ਹੈ। ਇਹ ਦੁੱਖਾਂ ਵਿੱਚ ਘਿਰਨ ਦਾ ਕਾਰਨ ਇਹੀ ਹੈ, ਇਨਸਾਨ ਦਾ ਆਪਣੀਆਂ ਇੱਛਾਵਾਂ ਨੂੰ ਵਧਾਉਣਾ, ਲਾਲਸਾਵਾਂ ਨੂੰ ਵਧਾਉਣਾ। ਇੱਕ ਇੱਛਾ ਪੂਰੀ ਹੋਈ, ਦੂਸਰੀ ਦੀ ਇੱਛਾ, ਤੀਸਰੀ ਦੀ ਇੱਛਾ। ਹੁਣ ਆਪਾਂ ਗੱਲ ਕਰੀਏ ਤੁੱਕ ਦਾ ਅਰਥ। ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਤੁੱਕ, ਠੀਕ ਹੈ, ਗੁਰੂ ਨਾਨਕ ਦੇਵ ਜੀ ਨੇ ਇਹ ਤੁੱਕ ਉਚਾਰ ਕੇ ਇੱਕ ਅਟਲ ਸੱਚਾਈ ਬਿਆਨ ਕਰ ਦਿੱਤੀ ਕਿ ਸੰਸਾਰ ਵਿੱਚ ਸਾਰੇ ਜੀਵ ਦੁੱਖਾਂ ਵਿੱਚ ਘਿਰੇ ਹੋਏ ਨੇ। ਹਰ ਇੱਕ ਨੂੰ ਇਹ ਭੁਲੇਖਾ, ਹਰ ਕੋਈ ਇਸ ਭੁਲੇਖੇ ਵਿੱਚ ਹੈ ਕਿ
मैं ही सब तो दुखी हाँ, मैं इसलिए दुखी हाँ, कोई किस लिए दुखी है, मेरे किसी को पैसे की कमी है, किसी को पैसा हो के भी हर सुख सहूलत हो के भी दुखी है, वो भी मानसिक तनाव का शिकार है, किसी नूं गुआंढियां दा दुख है, किसी नूं किराएदारां दा दुख है, ठीक है। हुण बच्चे है जिहड़े उह इस करके दुखी रहिंदे ने कि पढ़ाई बड़ा वड्डा दुख लग्गिया होया, हुण कई बच्चों नूं तां कि स्कूल नहीं जा रहे तां वी बेचारे परेशान हुंदे ने, ठीक है। जब इंसान जदों जन्म तो जन्म लैंदा ना उहदे दुखां विच वाधा होना शुरू हो जांदा, क्योंकि इच्छावां ने ना, इच्छावां जदों पूरियां नहीं हुंदियां तां उह दुखी हुंदा। हुण इस संसार दे विच चलो ये तो दुख असी कह लिए ना, आप सहेड़े हुए ने इंसान ने अपनी इच्छावां की पूर्ति ना होने ते, पर कुछ एक दुख कुदरती भी ने। कुदरती दुख दस सकते हो कड़े कड़े ने, कौन दसेगा? हाँ जी बेटे, रेज योर हैंड्स। आप दुखों की गल तो करिए, कड़े कड़े दुख ने, संसार दुखों का घर किवें आ, कौन दसेगा ये? ट्राई करो बच्चे, यस बेटे ट्राई करो, कोशिश करो। इस तरह गल नहीं बनती बच्चे, पार्टिसिपेशन तो चाहिए है ना। रेज योर हैंड्स, दो टू क्लासेस के बच्चे है और 44 स्ट्रेंथ है ओनली, देख लो बेटे। एक दो पॉइंट्स तो रखो कि संसार दुखों का घर किवें है, संसारक जीव दुखी किवें है। नहीं दस पाओगे? दुख किन्नी तरह दे ने ये दस सकते हो? कि अपने आप नाल डिसाइड किया होया कि अज आप कुछ बोलना ही नहीं क्लास विच, बोलो बच्चे जी हाँ, एक दो लाइंस बोलो बेटे। धैर्य है, यस बेटे धैर्य है, वेरी गुड धैर्य। बीमारियां लगिया होंदे हन शरीर शरीर नूं ओह चीजां आंदियां हन, ते समाजिक दुख विच जिहड़े समाज विच प्रॉब्लम्स जिहड़ियां आंदियां हन उहनां बारे जो दुख हुंदा। इस तों इलावा इक होर भी दुख ने, होर भी कोई दुख हैगे ने, उह कौन दसेगा? हाँ, जिन्हों असी सारे मिलके नजिठते हैं, हाँ वो कि दुख ने बचे, कुदरती दुख नहीं कह सकते आप, कुदरती दुख। हाँ बच्चे, 9B क्लास स्टूडेंट्स बोलो बच्चे, कुदरती दुख केड़े केड़े होंगे बच्चे? जड़ियाँ नैचुरल कलैमिटीज आंदियां ने जिन्हों असी सारे ही मिलके भोगते हाँ, वह कुदरती दुख नहीं हैं। अर्थक्वेक आ गया है ना, फ्लड आ गए, हड़ जिन कहते ने, भूचाल आ गए, और हुण यह जिहड़ा करोना पीरियड चल रहा इन्हें सबनू दुखी नहीं किया होया? तो आप कुदरती कहने ना कि कुदरत वालों पता नहीं कि करोपी आ गई है, जिहड़ियां कुदरती करोपियां ने वह कुदरत वालों से दुख। तो एक कुदरती दुख कहड़े होंगे ने, जदों किसी के घर कोई डैथ हो जाती है कि कुदरती दुख हो गया, सड़क दुर्घटना में कोई मारिया गया, यह तो रब की रजा सी कि इंसान को यह दुख मिलिया, ये कुदरती दुख ने ना, जदों किसी की बेवक्त मौत भी हो जाती कई बार है ना। तो जिहड़े समाजिक दुख ने वह आप समाज में विचरदे हां, एक दूजे वल देख के ईरखा करके वह आप दुख आप सहेड़े ने। शरीरक कष्ट आने भी कुदरती दुख भी ने, कुछ एक शरीरक कष्ट आप किदे करके, इच्छावां दी पूर्ति ना होण करके। अजकल शरीरक कष्ट क्यों आते हैं? क्योंकि इंसान सोचता बहुत है, काम घट करता, सोचता ज्यादा, दूजियां वाल देख के मानसिक तनाव का शिकार हो रहा, जिस करके शरीरक दुख लगते हैं। किसी नूं ब्लड प्रेशर है, किसी नूं कोई बीमारी है, किसी नूं कोई बीमारी है, इहदा मतलब संसार का कोई भी जीव अजिहा नहीं है जिहड़ा सुखी होवे। और इत्थे सब तो वड्डी कोटेशन, वड्डी तुक ये आंदी है कि इंसान ज्यादा दुखी है, हुमे विच जग उपजे पुरखा, हुमे हंकार, हुमे विच जग उपजे पुरखा
ਨਾਮ ਵਿਸਰਿਆ ਦੁੱਖ ਪਾਏ, ਨਾਮ ਵਿਸਰਿਆ, ਨਾਮ ਹੀ ਵਿਸਰ ਗਿਆ ਨਾ, ਪਰਮਾਤਮਾ ਦਾ ਨਾਮ ਹੀ ਵਿਸਾਰ ਦਿੱਤਾ, ਨਾਮ ਵਿਸਰਿਆ ਦੁੱਖ ਪਾਈ। ਪਹਿਲੀ ਕੋਟੇਸ਼ਨ ਕੀ ਹੈ, ਨਾਨਕ ਦੁਖਿਆ ਸਭ ਸੰਸਾਰ, ਠੀਕ ਹੈ। ਫਿਰ ਹੈ ਜਿੰਨਾ ਸਿੱਡਾ, ਜਿੰਨਾ ਵੱਡਾ ਸਿਰ ਓਨੀ ਵੱਡੀ ਪੀੜ, ਜਿੰਨਾ ਕਿਸੇ ਕੋਲ ਪੈਸਾ ਹੈ ਨਾ ਓਨਾ ਜ਼ਿਆਦਾ ਇਨਸਾਨ ਦੁਖੀ ਹੈ, ਉਹਨੂੰ ਓਨੀਆਂ ਜ਼ਿਆਦਾ ਪਰੇਸ਼ਾਨੀਆਂ ਨੇ, ਉਹ ਓਨਾ ਜ਼ਿਆਦਾ ਉਲਝਣਾਂ ਵਿੱਚ ਫਸਿਆ ਹੋਇਆ। ਜੇ ਬਹੁਤ ਵੱਡਾ ਵਪਾਰੀ, ਉਹਦੇ ਵਪਾਰ ਦੀਆਂ ਉਲਝਣਾਂ ਹੀ ਨਹੀਂ ਖਤਮ ਹੁੰਦੀਆਂ, ਉਹਦੀਆਂ ਇਨਕਮ ਟੈਕਸ ਦੀਆਂ ਉਲਝਣਾਂ ਹੀ ਨਹੀਂ ਖਤਮ ਹੁੰਦੀਆਂ, ਇਨਕਮ ਟੈਕਸ ਹੈ, ਜਾਇਦਾਦ ਦੇ ਟੈਕਸ ਨੇ, ਠੀਕ ਹੈ, ਵਪਾਰ ਦੀਆਂ ਉਲਝਣਾਂ ਨੇ, ਕਾਲਾ ਧਨ ਦੀ ਸੰਭਾਲ ਕਿੱਦਾਂ ਕਰਨੀ, ਜਿਹੜੇ ਕਾਲਾ ਧਨ ਦੇ ਪੁਜਾਰੀ ਨੇ, ਜਿਹੜੇ ਜਮ੍ਹਾਂਖੋਰ ਨੇ, ਜਿਹੜੇ ਗੋਦਾਮਾਂ ਵਿੱਚ ਮਾਲ ਭਰ ਕੇ ਰੱਖਦੇ ਨੇ, ਇਹ ਲੋਕ ਅਕਸਰ ਤੇ ਅਕਸਰ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋਏ ਹੁੰਦੇ ਨੇ। ਇਹਨਾਂ ਨੇ ਲੋਕਾਂ ਦਾ ਖੂਨ ਚੂਸ ਚੂਸ ਕੇ ਨਾ ਆਪਣੀਆਂ ਗੋਗੜਾਂ ਪਾਲੀਆਂ ਹੁੰਦੀਆਂ ਨੇ, ਤੇ ਸ਼ੂਗਰ ਦੇ ਮਰੀਜ਼ ਹੋ ਜਾਂਦੇ ਨੇ, ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਜਾਂਦੇ ਨੇ, ਦਿਲ ਦੇ ਰੋਗਾਂ ਦੇ ਮਰੀਜ਼ ਹੁੰਦੇ ਨੇ। ਕਹਿੰਦਾ ਅਮੀਰ ਲੋਕ ਵੀ ਦੇਖਣ ਨੂੰ ਲੱਗਦੇ ਦੂਰ ਦੇ ਢੋਲ ਸੁਹਾਵ ਨੇ, ਠੀਕ ਹੈ, ਕਿ ਇਨਸਾਨ ਨੂੰ ਕੋਈ ਦੁੱਖ ਨਹੀਂ ਹੈ, ਇਹਦੇ ਕੋਲ ਤਾਂ ਸਭ ਕੁਛ ਹੈ, ਬਹੁਤ ਵਧੀਆ ਪਰਿਵਾਰ ਹੈ, ਬਹੁਤ ਵੱਡਾ ਬਿਜ਼ਨਸ ਚੱਲ ਰਿਹਾ ਹੈ, ਠੀਕ ਹੈ, ਹਰ ਸੁੱਖ ਸਹੂਲਤ ਹੈ, ਕਾਰਾਂ ਨੇ, ਗੱਡੀਆਂ ਨੇ, ਨੌਕਰ ਚਾਕਰ ਨੇ, ਸੇਵਾ ਕਰਨ ਵਿੱਚ ਹਾਜ਼ਰ ਨੇ, ਹਰ ਤਰ੍ਹਾਂ ਦੀ ਸਹੂਲਤ ਹੋਣ ਦੇ ਬਾਵਜੂਦ ਵੀ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਅਮੀਰ ਲੋਕ ਕਿੰਨੇ ਦੁਖੀ ਨੇ, ਇੰਨੀਆਂ ਦੁੱਖ ਤਕਲੀਫਾਂ ਵਿੱਚ ਘਿਰੇ ਹੋਏ ਨੇ। ਇਹਦਾ ਮਤਲਬ ਦੁੱਖਾਂ ਦਾ ਮੂਲ ਕਾਰਨ ਤਾਂ ਹੋਇਆ ਨਾ ਇੱਛਾਵਾਂ ਵਿੱਚ ਵਾਧਾ, ਇੱਛਾਵਾਂ ਦੀ ਪੂਰਤੀ। ਫਿਰ ਇੱਥੇ ਕੋਟੇਸ਼ਨ ਦੇਣੀ ਹੈ ਫਰੀਦ ਜੀ ਦੀ, ਫਰੀਦਾ ਮੈਂ ਜਾਣਿਆ ਦੁੱਖ ਮੁਚਕੋ, ਦੁੱਖ ਸਭਾਇਆ ਜੱਖ, ਉੱਚੇ ਚੜ੍ਹ ਕੇ ਦੇਖਿਆ ਘਰ ਘਰੇ ਹਾਕ। ਆਪਾਂ ਕਿਸੇ ਨੂੰ ਕੋਈ ਦੁੱਖਾਂ ਵਿੱਚ ਘਿਰੇ ਹੋਏ ਇਨਸਾਨ ਨੂੰ ਹੌਸਲਾ ਦੇਣਾ ਹੋਵੇ ਨਾ, ਆਪਾਂ ਕਹਿ ਦਿੰਦੇ ਹਾਂ ਕਿ ਹਸਪਤਾਲ ਦਾ ਇੱਕ ਚੱਕਰ ਲਾਇਓ, ਉੱਥੇ ਜਾ ਕੇ ਸਾਨੂੰ ਹੌਸਲਾ ਹੋ ਜਾਏਗਾ ਕਿ ਮਰੀਜ਼ ਕਿਸ ਤਰ੍ਹਾਂ ਵਿਲਕ ਰਹੇ ਨੇ, ਕਿੱਦਾਂ ਮਰੀਜ਼ ਦੁਖੀ ਨੇ, ਜਿਹੜੇ ਪੇਸ਼ੈਂਟ ਨੇ ਕਿੱਦਾਂ ਉਹਨਾਂ ਦੀਆਂ ਚੀਕਾਂ ਤੇ ਪੁਕਾਰਾਂ ਸਾਨੂੰ ਦੁਖੀ ਕਰਦੀਆਂ ਨੇ। ਫਿਰ ਅਸੀਂ ਜੇ ਉੱਥੇ ਵੀ ਸੈਟਿਸਫੈਕਸ਼ਨ ਨਹੀਂ ਹੁੰਦੀ ਨਾ, ਸਭ ਤੋਂ ਜ਼ਿਆਦਾ ਤਸੱਲੀ ਹਸਪਤਾਲ ਜਾ ਕੇ ਹੁੰਦੀ ਹੈ, ਕਚਹਿਰੀਆਂ ਦੇ ਚੱਕਰ ਲਾਇਓ, ਕਚਹਿਰੀਆਂ ਦੇ ਬਾਹਰ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ, ਮਾਰੇ ਮਾਰੇ ਲੋਕ ਫਿਰ ਰਹੇ ਨੇ, ਸਭ ਪਾਸੇ ਦੌੜ ਲੱਗੀ ਹੋਈ ਹੈ, ਸਭ ਪਾਸੇ, ਕਿਉਂਕਿ ਲੋਕ ਚੋਰੀਆਂ, ਹੇਰਾ ਫੇਰੀਆਂ, ਮਾਰ ਕੁਟਾਈ, ਪੈਸੇ ਦੀ ਦੌੜ ਵਿੱਚ, ਅੰਨੀ ਦੌੜ ਵਿੱਚ ਲੱਗੇ ਹੋਏ ਨੇ। ਇਹ ਸਭ ਦੁੱਖਾਂ ਦੇ ਕਾਰਨ ਨੇ, ਔਰ ਸਾਰੇ ਹੀ ਦੁਖੀ ਨੇ। ਮਨੁੱਖ ਦੁੱਖਾਂ ਤੋਂ ਬਚ ਹੀ ਨਹੀਂ ਸਕਦਾ, ਕਿਉਂਕਿ ਜੇ ਮਨੁੱਖ ਦੁਖੀ ਹੁੰਦਾ ਤਾਂ ਸੁੱਖ ਦੀ ਆਸ ਹੁੰਦੀ ਹੈ, ਫਿਰ ਸੁੱਖ ਦੀ ਆਸ ਲਈ ਉਹ ਸੰਘਰਸ਼ ਕਰਦਾ। ਫਿਰ ਅੱਗੋ ਸਟੈਪ ਲੈਣਾ ਆਪਾਂ, ਅਗਲਾ ਸੈਂਟੈਂਸ ਆ, ਪਹਿਲਾਂ ਤਾਂ ਆ ਗਿਆ ਭੂਮਿਕਾ, ਫਿਰ ਤੁੱਕ ਦਾ ਅਰਥ, ਫਿਰ ਦੁੱਖ ਕੀ ਹਨ, ਦੁੱਖਾਂ ਦਾ ਮੂਲ ਕਾਰਨ, ਫਿਰ ਦੁੱਖ ਦਾਰੂ ਹੈ, ਦੁੱਖਾਂ ਦਾ ਮੂਲ ਕਾਰਨ ਤੋਂ ਬਾਅਦ ਸੰਸਾਰ ਦੁੱਖਾਂ ਦਾ ਘਰ, ਸੰਸਾਰ ਦੁੱਖਾਂ ਦਾ ਘਰ ਹੈ, ਠੀਕ ਹੈ। ਨੈਕਸਟ ਪੁਆਇੰਟ ਇਹ ਇੱਥੇ ਆਉਣਾ, ਦੁੱਖ ਕੀ ਹਨ, ਠੀਕ ਹੈ, ਫਿਰ ਆਉਣਾ ਲਿਸਨ, ਫਿਰ ਕੀ ਆਉਣਾ ਬੇਟੇ, ਦੁੱਖ ਦਾਰੂ ਹੈ, ਦੁੱਖ ਦਾਰੂ ਸੁੱਖ ਰੋਗ ਪਿਆ। ਗੁਰਬਾਣੀ ਕਹਿੰਦੀ ਹੈ ਕਿ ਦੁੱਖ ਆਉਂਦੇ ਨੇ ਤਾਂ ਜ਼ਿੰਦਗੀ ਵਿੱਚ ਜ਼ਿੰਦਗੀ ਜਿਉਣ ਦੀ ਆਸ ਪੈਦਾ ਹੁੰਦੀ ਹੈ, ਤਾਂ ਇਨਸਾਨ ਸੰਘਰਸ਼ ਕਰਦਾ ਹੈ, ਠੀਕ ਹੈ। ਉਸ ਤੋਂ ਬਾਅਦ ਆਉਣਾ ਪ੍ਰਭੂ ਦਾ ਨਾਮ ਸਿਮਰਨ ਤੇ ਸੱਚ ਦਾ ਮਾਰਗ, ਐਂਡ ਤੇ ਕਹਿਣਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ। ਜਦੋਂ ਅਸੀਂ ਸਰਬੱਤ ਦੇ ਭਲੇ ਦੀ ਜਾਚਨਾ ਕਰਾਂਗੇ, ਆਪਣੀਆਂ ਇੱਛਾਵਾਂ ਨੂੰ ਵਧਾਵਾਂਗੇ ਨਹੀਂ, ਲਾਲਸਾਵਾਂ ਦਾ ਤਿਆਗ ਕਰਾਂਗੇ, ਤ੍ਰਿਸ਼ਨਾਵਾਂ ਤੇ ਕਾਬੂ ਪਾਵਾਂਗੇ, ਮਿਠਾਸ ਤੇ ਨਿਮਰਤਾ ਦਾ ਗੁਣ ਧਾਰਨ ਕਰਾਂਗੇ, ਫਿੱਕਾ ਨਹੀਂ ਬੋਲਾਂਗੇ, ਸਾਡੇ ਦੁੱਖ ਨੇੜੇ ਆਉਂਦੇ ਵੀ ਹਨ ਤਾਂ ਦੁੱਖ ਭਾਸਦੇ ਨਹੀਂ ਹੈ। ਅਸੀਂ ਗੁਰੂ ਨਾਨਕ ਆਪਣੇ ਗੁਰੂ ਸਾਹਿਬਾਨ ਦਾ ਜੀਵਨ ਹੀ ਦੇਖ ਲਈਏ, ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਸਰਬੰਸ ਵਾਰ ਕੇ ਵੀ ਕਹਿ ਦਿੱਤਾ, ਇਨ ਪੁੱਤਰਨ ਕੇ ਵਾਰ ਨੇ, ਵਾਰ ਦੀ ਅਸੂ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਆਪਣਾ ਸਰਬੰਸ ਪੂਰਾ ਵਾਰ ਦਿੱਤਾ ਦੇਸ਼ ਕੌਮ ਦੇ ਸੁੱਖ ਲਈ। ਗੁਰੂ ਅਰਜਨ ਦੇਵ ਜੀ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ। ਕਲੀਅਰ, ਸਮਝ ਆ ਗਈ ਬੱਚੇ? ਇਸ ਕਰਕੇ ਦੁੱਖਾਂ ਤੋਂ ਨਿਜਾਤ ਪਾਉਣ ਲਈ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਜ਼ਰੂਰੀ ਹੈ, ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਜ਼ਰੂਰੀ ਹੈ, ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ, ਠੀਕ ਹੈ ਬੱਚੇ। ਹੁਣ ਤੁਸੀਂ ਜਿਹੜੀ ਮੈਂ ਤੁਹਾਡੀ ਡਿਸਕਸ ਕੀਤਾ ਐਕਟੀਵਿਟੀ, ਉਹਦੇ ਤੇ ਵੀ ਫੋਕਸ ਕਰਕੇ ਆਪਣੇ ਨੇਮ ਸਬਮਿਟ ਕਰਵਾਉਣੇ ਹਨ, ਔਰ ਇਹ ਲੇਖ ਅੱਛੀ ਤਰ੍ਹਾਂ ਰਿਵਾਈਜ਼ ਕਰਨਾ। ਥੈਂਕ ਯੂ ਸੋ ਮਚ।